ਸਸ਼ੀਕਾ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਐਗਜ਼ੋਟਿਕ ਬਿਊਟੀ ਬਾਈ ਪਾਇਲ। ਸੋ ਕੀ ਹਾਲ ਚਾਲ ਹੈ ਸਾਰਿਆਂ ਦਾ, ਕਮੈਂਟਸ ਕਰਕੇ ਜ਼ਰੂਰ ਦੱਸਿਓ। ਬਾਕੀ ਅਗਰ ਅਸੀਂ ਗੱਲ ਕਰੀਏ ਵੀਡੀਓ ਨੂੰ ਲੈ ਕੇ, ਸੋ ਤੁਹਾਨੂੰ ਅਗਰ ਯਾਦ ਹੋਏਗਾ, ਅਗਰ ਨਹੀਂ ਵੀ ਯਾਦ ਤਾਂ ਤੁਸੀਂ ਦੇਖ ਸਕਦੇ ਹੋ, ਮੈਂ ਪਹਿਲੇ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਹੇਅਰਸ ਨੂੰ ਲੈ ਕੇ, ਹਾਓ ਆਈ ਡੂ ਮਾਈ ਹੇਅਰ ਕਲਰ ਐਟ ਹੋਮ। ਸੋ ਅੱਜ ਵੀ ਮੈਂ ਹੇਅਰ ਕਲਰ ਹੀ ਕਰਾਂਗੀ ਆਪਣੇ ਹੇਅਰਸ ਨੂੰ, ਬਿਕੋਜ਼ ਕਰਵਾ ਚੌਥ ਨੇੜੇ ਆਉਂਦਾ ਪਿਆ, ਸਿਰਫ 1 ਵੀਕ ਰਹਿ ਗਿਆ ਐਂਡ ਲਿਟਰਲੀ ਮੇਰੇ ਗ੍ਰੇ ਹੇਅਰਸ ਬਹੁਤ ਜ਼ਿਆਦਾ ਨੇ। ਜਿਹੜਾ ਮੈਂ ਕਲਰ ਕੀਤਾ ਸੀ ਉਹ ਕਾਫੀ ਰਿਮੂਵ ਹੋ ਗਿਆ, ਐਟਲੀਸਟ 2 ਮੰਥ ਹੋ ਗਿਆ ਉਹ ਕਲਰ ਕੀਤਿਆਂ ਨੂੰ। ਸੋ ਮੈਂ ਅੱਜ ਕਰਾਂਗੀ ਆਪਣੇ ਹੇਅਰਸ ਨੂੰ ਕਲਰ। ਦਾ ਡਿਫਰੈਂਸ ਇਜ਼ ਕਿ ਜੋ ਮੈਂ ਪਹਿਲੇ ਪ੍ਰੋਡਕਟ ਯੂਜ਼ ਕੀਤੇ ਸੀਗੇ ਉਹ ਇੰਡੀਆ ਦੇ ਪ੍ਰੋਡਕਟ ਸੀਗੇ, ਦੈਨ ਨਾਓ ਹੁਣ ਮੈਂ ਯੂਜ਼ ਕਰਨ ਲੱਗੀ ਹਾਂ ਜਿਹੜੇ ਪ੍ਰੋਡਕਟ ਉਹ ਕੈਨੇਡਾ ਦੇ ਪ੍ਰੋਡਕਟਸ ਆ। ਸੋ ਇੰਡੀਆ ਦੇ ਪ੍ਰੋਡਕਟਸ 'ਚ ਅਤੇ ਕੈਨੇਡਾ ਦੇ ਪ੍ਰੋਡਕਟਸ 'ਚ ਜ਼ਮੀਨ ਆਸਮਾਨ ਦਾ ਫਰਕ ਆ, ਇਹ ਸਾਰਿਆਂ ਨੂੰ ਪਤਾ। ਸੋ ਇੰਡੀਆ ਦੇ ਪ੍ਰੋਡਕਟ ਦਾ ਰਿਜ਼ਲਟ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹੋਈ ਹਾਂ ਪਿਛਲੀ ਵੀਡੀਓ 'ਚ, ਬਾਕੀ ਰਹੀ ਗੱਲ ਕੈਨੇਡਾ ਦੇ ਪ੍ਰੋਡਕਟ ਦੇ ਰਿਜ਼ਲਟ ਦੀ, ਸੋ ਇਹ ਤੁਹਾਨੂੰ ਪਤਾ ਚੱਲੇਗਾ ਅਗਰ ਤੁਸੀਂ ਸਾਰੀ ਦੀ ਸਾਰੀ ਵੀਡੀਓ ਦੇਖੋਗੇ, ਦੈਨ ਡਿਫਰੈਂਸ ਦੇਖੋਗੇ ਮੇਰੇ ਹੁਣ ਵਾਲੇ ਹੇਅਰ ਕਲਰ 'ਚ ਅਤੇ ਬਾਅਦ ਵਾਲੇ ਹੇਅਰ ਕਲਰ 'ਚ। ਬਾਕੀ ਉਹਦੇ ਲਈ ਤੁਹਾਨੂੰ ਦੇਖਣੀ ਪੈਣੀ ਆ ਸਾਰੀ ਵੀਡੀਓ। ਬਿਨਾਂ ਕਿਸੇ ਟਾਈਮ ਵੇਸਟ ਕੀਤੇ ਚੱਲਦੇ ਹਾਂ ਅਸੀਂ ਵੀਡੀਓ ਵੱਲ ਨੂੰ, ਲੈਟਸ ਸਟਾਰਟ। ਸੋ ਮੈਂ ਇਹ ਵਾਲਾ ਪ੍ਰੋਡਕਟ ਬਾਏ ਕੀਤਾ ਸੀਗਾ ਐਂਡ ਯੈਸ, ਮੈਂ ਵੀ ਫਸਟ ਟਾਈਮ ਇਹ ਪ੍ਰੋਡਕਟ ਯੂਜ਼ ਕਰਨ ਲੱਗੀ ਹਾਂ। ਸੋ ਇਹ ਹੈਗਾ ਆਈਸ ਕ੍ਰੀਮ ਦੀ ਟਿਊਬ ਐਂਡ 5-5 ਨੰਬਰ ਇਜ਼ 5-5। ਇਹ ਤਾਂ ਨੋਰਮਲ ਜੀ ਗੱਲ ਹੈ ਕਿ ਅਗਰ ਅਸੀਂ ਟਿਊਬ ਯੂਜ਼ ਕਰਦੇ ਪਏ ਹਾਂ ਤਾਂ ਵਿੱਚ ਕੁਛ ਤਾਂ ਮਿਕਸ ਕਰਾਂਗੇ ਬੈਲੈਂਸ ਲਈ, ਕਲਰ ਬੈਲੈਂਸ ਲਈ। ਸੋ ਇਕੱਲੀ ਟਿਊਬ ਤਾਂ ਲਗਾਵਾਂਗੇ ਨਹੀਂ, ਸੋ ਟਿਊਬ ਦੇ ਨਾਲ ਅਸੀਂ ਯੂਜ਼ ਕਰਾਂਗੇ ਡਿਵੈਲਪਰ। ਸੋ ਡਿਵੈਲਪਰ ਵੀ ਮੈਂ ਆਈਸ ਕ੍ਰੀਮ ਦਾ ਯੂਜ਼ ਕਰ ਰਹੀ ਹਾਂ, ਬਟ ਨਾਓ ਮੈਂ ਯੂਜ਼ ਕਰਾਂਗੀ 20 ਵੋਲੀਅਮ, ਬਿਕੋਜ਼ ਮੈਨੂੰ ਜ਼ਿਆਦਾ ਲਾਈਟ ਸ਼ੇਡ ਨਹੀਂ ਚਾਹੀਦੀ, ਇੱਕਦਮ ਹਲਕੀ ਜੀ ਡਾਰਕ ਸ਼ੇਡ ਚਾਹੀਦੀ ਆ। ਨਾ ਹੁਣ ਅਸੀਂ ਕਰਾਂਗੇ ਦੋਨੋਂ ਪ੍ਰੋਡਕਟਸ ਨੂੰ ਮਿਕਸ, ਲੈਟਸ ਸਟਾਰਟ। ਦੱਸ ਦਿੰਦੀ ਹਾਂ ਕਿ ਅਸੀਂ ਪ੍ਰੋਡਕਟ ਨੂੰ ਮਿਕਸ ਕਿੱਦਾਂ ਕਰਨਾ। ਮਿਕਸ ਅਸੀਂ ਇਸ ਤਰੀਕੇ ਕਰਨਾ ਹੈ ਕਿ ਡਿਵੈਲਪਰ ਦੀ ਕੁਆਂਟਿਟੀ ਵੀ ਸੇਮ ਹੋਣੀ ਚਾਹੀਦੀ ਹੈ ਅਤੇ ਕਰੀਮ ਦੀ ਕੁਆਂਟਿਟੀ ਵੀ ਸੇਮ ਹੋਣੀ ਚਾਹੀਦੀ ਹੈ। ਸੋ ਅਗਰ ਤੁਹਾਨੂੰ ਦੋਨੋਂ ਪ੍ਰੋਡਕਟਸ ਦੀ ਇਕੁਅਲ ਐਂਡ ਪਰਫੈਕਟ ਕੁਆਂਟਿਟੀ ਚਾਹੀਦੀ ਹੈ, ਦੈਨ ਯੂ ਹੈਵ ਟੂ ਬਾਏ ਮਾਇਰ ਸਕੇਲ। ਬੀ ਓਨੈਸਟਲੀ, ਮੇਰੇ ਕੋਲ ਮਾਇਰ ਸਕੇਲ ਨਹੀਂ ਹੈਗਾ ਐਂਡ ਮੈਂ ਹਮੇਸ਼ਾ ਆਪਣੇ ਅੰਦਾਜ਼ੇ ਨਾਲ ਕਲਰ ਮਿਕਸ ਕਰਦੀ ਹਾਂ, ਆਪਣੇ ਅੰਦਾਜ਼ੇ ਨਾਲ ਕੁਆਂਟਿਟੀ ਲੈਂਦੀ ਹਾਂ। ਯੈਸ, ਮੈਂ ਮੰਨਦੀ ਹਾਂ ਕਿ ਹਾਂ ਸ਼ਾਇਦ 21 ਵਾਰੀ ਦਾ ਫਰਕ ਪੈ ਜਾਂਦਾ ਹੋਊਗਾ, ਬਟ ਜਿੱਦਾਂ ਦਾ ਮੈਨੂੰ ਕਲਰ ਚਾਹੀਦਾ ਹਮੇਸ਼ਾ ਮੈਂ ਉੱਦਾਂ ਦਾ ਕਲਰ ਪਾਉਂਦੀ ਹਾਂ। ਸੋ ਅਗਰ ਤੁਹਾਨੂੰ ਇਹ ਤਰੀਕਾ ਵਧੀਆ ਲੱਗੇ ਤਾਂ ਤੁਸੀਂ ਓਨੀ ਹੀ ਕੁਆਂਟਿਟੀ 'ਚ ਤੁਸੀਂ ਲੈ ਸਕਦੇ ਹੋ, ਅਦਰਵਾਈਜ਼ ਆਪਣੀ ਲਾਈਕ ਕਹਿ ਲਓ ਕਿ ਆਪਣੀ ਤਸੱਲੀ ਲਈ ਤੁਸੀਂ ਮਾਇਰ ਸਕੇਲ ਬਾਏ ਕਰ ਸਕਦੇ ਹੋ। ਲੈਟਸ ਸਟਾਰਟ। ਸੋ ਗਾਈਸ, ਡੋਂਟ ਫੋਰਗੇਟ ਟੂ ਵੇਅਰ ਗਲਵਸ। ਪ੍ਰੋਡਕਟ ਨੂੰ ਮਾਇਰ ਕਰਨ ਲਈ ਇੱਕ ਐਪ ਦੀ ਹੈਲਪ ਲਵਾਂਗੀ, ਲਾਈਕ ਮੈਂ ਇੱਕ ਐਪ ਦੇ ਅਕੋਰਡਿੰਗ ਪ੍ਰੋਡਕਟ ਲਵਾਂਗੀ। ਅਕੋਰਡਿੰਗ 4 ਟਾਈਮ ਇਹ ਕੈਪ 'ਚ ਪ੍ਰੋਡਕਟ ਫਿਲ ਕਰਕੇ ਇਹਦੇ ਵਿੱਚ ਪਾਇਆ, ਸੋ ਦੈਟ ਮੀਨਸ ਕਿ ਮੈਂ ਇਹ ਕੈਪ ਦੇ ਅਕੋਰਡਿੰਗ 4 ਟਾਈਮ ਕਰੀਮ ਲਿੱਤੀ। ਨਾ ਮੈਂ ਹੁਣ ਐਡ ਕਰਾਂਗੀ ਡਿਵੈਲਪਰ। ਸੋ ਮੈਂ 4 ਟਾਈਮ ਕਰੀਮ ਲਿੱਤੀ ਸੀਗੀ ਉਹ ਕੈਪ ਦੇ ਅਕੋਰਡਿੰਗ, ਅਤੇ ਮੈਂ 4.5 ਟਾਈਮ ਡਿਵੈਲਪਰ ਲਵਾਂਗੀ। ਦਾ ਰੀਜ਼ਨ ਇਜ਼ ਜੋ ਕਰੀਮ ਹੈ ਉਹ ਕਰੀਮ ਬੇਸਡ 'ਚ ਹੈ, ਜੋ ਡਿਵੈਲਪਰ ਹੈ ਉਹ ਲਿਕੁਇਡ ਬੇਸਡ 'ਚ ਹੈ। ਸੋ ਮੈਂ ਹਲਕਾ ਜਿਹਾ ਜ਼ਿਆਦਾ ਲਵਾਂਗੀ, ਬਹੁਤ ਜ਼ਿਆਦਾ ਨਹੀਂ। ਓਕੇ, ਹੁਣ ਸਾਡਾ ਸਾਰਾ ਪ੍ਰੋਡਕਟ ਰੈਡੀ ਆ ਨਾ, ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਚੰਗੀ ਤਰ੍ਹਾਂ ਮਿਕਸ
हो गया होया है। सो कलर मिक्स चंगी तरह होया या नहीं होया ये कितों पता चलेगा, ये इस तरह पता चलेगा कि जो तुहाडा कलर चेंज होना शुरू हो जाएगा तुहाडे प्रोडक्ट का, दैट मीनस कि तुहाडा कलर चंगी तरह मिक्स हो गया। तो हुण इहनूं जल्दी जल्दी अप्लाई कर लो। एप्लीकेशन कंप्लीट एंड नाउ हूँ असं वेट करांगे 35 to 40 minutes। सो कलर अप्लाई कित्या नूं 40 to 45 minutes हो गया। हूँ असं मिलते हैं वॉश तो बाद। सो हेयर आई एम डन विद माई हेयर कलर। सो मैं हैड वॉश कर लिता है एंड तुम देख सकते हो मेरे कलर एकदम वधिया आ गया है और कोई भी ग्रे हेयर नहीं है, कोई भी ग्रे हेयर नहीं है। सो आ थोड़ा ग्रे हेयर नहीं है, ये फाउंडेशन लगा हुआ है मेरे हेयर्स नू। सो हुण मैं थोड़ा तुहानू नैचुरल लाइट च दिखानी हाँ बाहर जाके। चलते हैं, लो जी असी आ गए नैचुरल लाइट च। सो बाहर तो मीह पैंदा पिया। सो हेयर यू कैन सी माई हेयर कलर। सो ये कलर आया हेयर्स का लिटल बिट पर्पल, लिटल बिट चेरी एंड अ ब्लैक। सो पहले मेरे हेयर्स ब्राउन सीगे, सो मैनू थोड़ा जा चेंज चाहिदा सीगा लुक च, देन आई डिसाइड टू चेंज माई हेयर कलर एंड हेयर आई एम डन। सो किहो जिहा लगा तुहानू सारिआं नू कमेंट करके जरूर दस्सिओ एंड वीडियो अगर पसंद आई होवे तां प्लीज़ लाइक कर दिओ, शेयर कर दिओ एंड डोंट फॉरगेट टू सबसक्राइब माई चैनल इफ यू विजिट फर्स्ट टाइम। बाकी Take care, love you, bye bye.